ਰਾਜੀ ਕੀ ਕਰ ਲਿਆ ਪੁੱਤ ਵਾਣੇ ਫੋਨੇ ਕਰ ਲਿਆ ਬਸ ਉਹ ਤੂੰ ਫੋਨ ਕਰ ਵੇਖਿਆ ਕਰ ਤੇ ਇਦਾਂ ਕਰ ਉਹਨੂੰ ਗੌਰਵ ਜੀ ਨੂੰ ਕਿਹਾ ਕਰਨਾ ਤੇ ਪੱਠੇ ਤੂੰ ਪਾਇਆ ਕਰ ਠੀਕ ਆ ਸੁਣ ਗਿਆ ਠੀਕ ਹਾਂ ਚਲ ਟਾਈਮ ਹੋ ਗਿਆ ਤੇ ਦੇ ਜਾ ਕੇ ਟਕਰਾ ਮਾਰ ਚਾ ਠੀਕ ਆ ਮੰਮੀ ਆ ਕੀ ਗੱਲ ਆ ਪਾਪਾ ਕਹਿੰਦੇ ਤੂੰ ਪੱਠੇ ਪਾ ਉਹਨੂੰ ਕੀ ਗੱਲ ਆ ਉਹ ਤਾਂ ਕੋਈ ਗੱਲ ਨਹੀਂ ਤੇਰੇ ਪਿਓ ਨੂੰ ਛੱਤੀ ਛੱਤੀ ਗੱਲਾਂ ਕੀਤੀਆਂ ਤੇਰੀ ਭੂਆ ਨੇ ਇੱਕ ਪੱਠਿਆਂ ਬਦਲੇ ਪਾਲਾ ਮੇਰਾ ਪੁੱਤ ਸ਼ੇਰ ਬਣ ਕੇ ਕੋਈ ਗੱਲ ਨਹੀਂ ਆ ਪੱਠੇ ਹੀ ਆ ਪਾਲਿਆ ਕਰ ਆਪੇ ਸ਼ਰਮ ਆਊਗੀ ਤੇ ਆਖੂਗੀ ਉਹਨੂੰ ਪੱਠੇ ਪਾ ਜਾਂ ਮੇਰਾ ਪੁੱਤ ਪਾਲਾ ਕੋਈ ਨਾ ਮੰਮੀ ਹਾਂ ਆ ਕੀ ਗੱਲ ਆ ਤੈਨੂੰ ਪਤਾ ਮੈਂ ਪੱਠੇ ਪਾਏ ਕਦੀ ਨਾਲੇ ਉਹ ਕਿਹੜੇ ਕੰਮ ਨੂੰ ਆ ਮਾੜੀ ਕਿ ਗੱਲ ਹੁੰਦੀ ਆ ਪੱਠੇ ਨਹੀਂ ਪਾਉਂਦਾ ਹਾਂ ਕੀ ਗੱਲ ਹੋਈ ਅੱਜ ਤੇ ਪਾ ਦਿੰਦਾ ਮੈਂ ਬਾਅਦ ਚ ਨਹੀਂ ਪਾਉਣੇ ਚੱਲ ਚੱਲ ਜਾ ਮੇਰਾ ਪੁੱਤ ਇਹੋ ਜੀ ਗਰਮੀ ਚ ਮੁੰਡਾ ਪੱਠੇ ਵੀ ਕਿੱਦਾਂ ਪਾਵੇ ਜੋ ਬੰਨੇ ਮਾੜੀ ਜੀ ਗੱਲ ਹੋਈ ਨਹੀਂ ਆ ਮੁੰਡਾ ਠਾਲ ਕੇ ਤੇ ਪੱਠੇ ਪਾਉਣ ਤੋਰਤਾ ਵਾ ਜੇ ਇੱਕ ਦਿਨ ਉਹਨੇ ਨਹੀਂ ਪਾਏ ਤੇ ਚੱਲ ਬੰਦਾ ਆਪ ਪਾ ਲੈਂਦਾ ਨਿਆਣੇ ਨੂੰ ਤੋਰਤਾ ਧੁੱਪ ਉੱਤੋਂ ਤਿੱਖਣ ਲੱਗੀ ਆ ਨਿੰਬੂ ਪਾਣੀ ਬਣਾ ਦਿੱਤਾ ਪੁੱਤ ਨੂੰ ਜਾਵੇ ਤੂੰ ਭਰਾਵਾ ਪਾ ਲੈਣੇ ਸੀ ਆਪੇ ਪੱਟੇ ਤੇਰੀ ਮੰਮੀ 25 ਗੱਲਾਂ ਕਰਦੀ ਆ ਜੀ ਮੈਂ ਪਾ ਦਿੰਦਾ ਨਹੀਂ ਨਹੀਂ ਪਾ ਲੈਣਾ ਜਾ ਸੋ ਜਾਵੇ ਵੀ ਜੀ ਤੇ ਪੱਟੇ ਲੜਾ ਦੋ ਮੈਂ ਉਹ ਮੱਝਾਂ ਨੂੰ ਖੋਲ ਲੈਣਾ ਉਹ ਜਾ ਭਰਾਵਾ ਅੱਗੇ ਤੇ ਦਿਮਾਗ ਖਰਾਬ ਕੀਤਾ ਪਾ ਲੈਣੇ ਆਪੇ ਪੱਟੇ ਦਵਿੰਦਰ ਵੀ ਨਾ ਨਿੱਕ ਨਿੱਕੀਆਂ ਗੱਲਾਂ ਬੱਚਿਆਂ ਨੂੰ ਵੀ ਦੱਸਦੀਆਂ ਰਾਜਵੀਰ ਨੇ ਇੰਨੀ ਗੱਲ ਕਹਿਣ ਦੀ ਕੀ ਲੋੜ ਹੈ ਬੱਚਿਆਂ ਦਾ ਮੋਹ ਤੇ ਨਹੀਂ ਰਹਿੰਦਾ ਇੱਦਾਂ ਨਹੀਂ ਉਹ ਬੈਟਰੀ ਡਾਊਨ ਹੀ ਸਟਾਰ ਨਹੀਂ ਹੁੰਦਾ ਮੈਂ ਤਾਂ ਚਾਰਜ ਲਾਉਂਦਾ ਬੈਟਰੀ ਹੋ ਕੇ ਅੱਛਾ ਮੇਰੀ ਗੱਲ ਸੁਣੋ ਤੁਸੀਂ ਇੱਦਾਂ ਵਾਲੀ ਗੱਲ ਤੋਂ ਨਾਰਾਜ਼ ਹੋ ਬਾਅਦ 'ਚ ਮੈਨੂੰ ਵੀ ਫੀਲ ਹੋਇਆ ਕਿ ਮੈਨੂੰ ਇੱਦਾਂ ਨਹੀਂ ਕਹਿਣਾ ਚਾਹੀਦਾ ਮੇਰੇ ਤੋਂ ਗਲਤੀ ਹੋ ਗਈ ਵੀਰ ਜੀ ਮਾਫ਼ ਕਰ ਦਿਓ ਛੋਟੀਆਂ ਮੋਟੀਆਂ ਗੱਲਾਂ ਤਾਂ ਭੈਣ ਭਰਾਵਾਂ 'ਚ ਹੁੰਦੀਆਂ ਰਹਿੰਦੀਆਂ ਵਾ ਇੰਨੇ ਵੀ ਕੀ ਨਾਰਾਜ਼ ਗਿਆ ਗੱਲ ਪ੍ਰੀਤ ਮਾਫ਼ੀ ਮੰਗਣ ਦਿੰਦੀ ਹਾਂ ਮੈਂ ਤੇਰੇ ਕੋਲ ਮਾਫ਼ੀ ਮੰਗਾ ਕੇ ਵੱਡਾ ਨਹੀਂ ਹੋਣਾ ਤੂੰ ਮਾੜੀ ਜਿਹੀ ਗੱਲ 'ਤੇ ਕਹਿਤਾ ਵੀ ਮੁੰਡਾ ਪੱਠੇ ਪਾਉਂਦਾ ਤਾਂ ਅਸੀਂ ਦੁੱਧ ਲੈਂਦੇ ਹਾਂ ਜੇ ਮੁੰਡਾ ਨਾ ਪੱਠੇ ਪਾਉਂਦਾ ਤਾਂ ਫਿਰ ਇਹਨੂੰ ਦੁੱਧ ਨਹੀਂ ਦੇਣਾ ਇੰਨਾ ਕੀ ਜਦੋਂ ਇਹ ਲਿਆਂਦਾ ਸੀ ਉਦੋਂ ਮੁੰਡਾ ਸਾਡੇ ਨਾਲ ਪੱਠੇ ਪਾਉਂਦਾ ਸੀ ਅਤੇ ਜਾਂ ਤੱਕ ਦੱਸ ਵੀ ਉਦੋਂ ਦੁੱਧ ਨਹੀਂ ਪੀਂਦਾ ਮੈਂ ਕਹਿਣ ਤਾਂ ਦਈ ਹਾਂ ਵੀਰ ਜੀ ਮੇਰੇ ਮੂੰਹ ਗੁੱਸੇ 'ਚ ਨਿਕਲ ਗਿਆ ਮੈਨੂੰ ਨਹੀਂ ਕਹਿਣਾ ਚਾਹੀਦਾ ਪੱਠੇ ਪਾਉਣ ਡਿਆ ਸੀ ਹੁਣ ਤਾਂ ਰਾਜਵੀਰ ਨੇ ਦਬਕਾ ਮਾਰ ਕੇ ਭਜਾਤਾ ਵਾ ਵੀ ਅਸੀਂ ਆਪੇ ਪੱਠੇ ਪਾਲਾਂਗੇ ਇੱਦਾਂ ਦੀਆਂ ਨਿੰਨਗੀਆਂ ਗੱਲਾਂ ਤੋਂ ਬੱਚਿਆਂ ਨੂੰ ਚੰਗਾ ਨਹੀਂ ਲੱਗਦਾ ਕਹਿਣਾ ਵੀਰ ਜੀ ਨਿਆਣੇ ਦਾ ਮੂੰਹ ਤੇ ਨਹੀਂ ਰਹਿਣਾ ਰਾਜਵੀਰ ਦੇ ਢਿੱਡ 'ਚ ਜੇ ਹੁਣ ਇਹ ਚੀਜ਼ ਪੈ ਗਈ ਨਾ ਹੁਣ ਇਹਦੇ ਦਿਮਾਗ 'ਚ ਇਹ ਚੀਜ਼ ਨੇ ਘਰ ਕਰ ਲਿਆ ਵੀ ਇਹ ਬਗਾਨਾ ਵਾ ਜਾਂ ਇਹ ਸਾਡੇ ਨਾਲ ਕੰਮ ਕਰਾਉਂਦਾ ਨਹੀਂ ਕਰਾਉਂਦਾ ਅਤੇ ਤਾਂ ਹੁੰਦਿਆਂ ਤੱਕ ਇਹੋ ਗੱਲਾਂ ਉਹਦੇ ਦਿਮਾਗ 'ਚ ਰਹਿਣੀਆਂ ਵਾ ਬੱਚਿਆਂ ਦੇ ਕੰਨਾਂ 'ਚ ਤਾਂ ਇੱਦਾਂ ਦੀਆਂ ਗੱਲਾਂ ਕਦੀ ਪਾਉਣੀਆਂ ਹੀ ਨਹੀਂ ਚਾਹੀਦੀਆਂ ਚੱਲ ਤੂੰ ਗੁੱਸਾ ਨਾ ਕਰ ਰਾਜਵੀਰ ਨੂੰ ਮੈਂ ਹੀ ਸਵੇਰੇ ਕਿਹਾ ਵੀ ਪੁੱਤ ਤੂੰ ਪੱਠੇ ਪਾਇਆ ਕਰ ਉਹਨੇ ਕਹਿ ਤਾ ਹੋਣਾ ਉਹਨੂੰ ਕੁਛ ਦੁੱਧ ਤੂੰ ਲਿਆ ਕਰ ਕੋਈ ਗੱਲ ਨੀ ਕਹਿਣਾ ਕੀ ਦੁੱਧ ਕਹਿ ਕੇ ਆਈ ਸੀ ਕੱਲ
ते गई नहीं मैं सवेर दी मैं हार के डी डूके मैं फड़ा ही आवा गर्मी बड़ी खराब ना हो जाए वे सुख तेरे को कादा ओला वा मैं एक दिन जवाब कादा देता उदन मज नहीं मिली ते चुक बांध तेरे अल लवाई आ इन भला इतने दुध की घाट आ साल हो गया डीका ला ला पीते जे एक दिन नहीं दिता तो की लोड़ा आ गया अज ते मैं मन की चाह तेरे को लवाया कि गुआढ़िया वालों जाके लवाओगे तो अगे पति पति गल करते अगलिया कहना आप डेरी दुध पाते हैं तो कुड़ी घर घर तुरी फिर भांडा लैके ये वेख ला किते किराए का कोई मुल नहीं हो तेरे ना तो मैं सारी गल कर लेनी किते किराए का आ मुल ही हो मगर थोड़ी तो सिर च जुतियां ही पैनिया जिन्ना मर्जी कर लो अजकल बनते तो अपने नहीं है ले रविंदर तेनू कौन पता लगा भी किते का मुल नहीं पैंदा तेनू तो मैं पहले ही कहा ही जिदा तू इन्हों सिर चुक के लियाई हाँ इतने तेनों तो उदो चंकी बनने का पता नहीं की भूत सवार होया ही हूँ लगा पता तेरे सिर चढ़ नचन दी अगली तो तेरी कोई कदर भी नहीं पाती तो मेरी सुन गल जो दुध न गई ही उदो तेरे को जवाब ना दिता गया भी भाई साढ़ा तो अपना ही सरदा वा एदा सिर नहीं चढ़ाई दा होता अज तेरी आई आ तो कल होर कित जाऊगी नहीं मैनू की पता ही मैं तो कह हरे सच्ची मज भज तड़के हो गई आई दुध लैन तो सहमति ना ही आई होगी जे मैं पता हों भी ऐदा लैन आई आ ते मैं ते तेनू पता कदे भी नहीं दुध देना नाले तेनू पुछो तो बिना ही होता मैं ते कह सच्ची होई नहीं होना ते मैं दे देनी लै नहीं जे तो तू गल सेड़ ही लई आ मैं ते कदी किसे नाल ढिड फोलिया ही नहीं ते ना मैनू चुगली करदी आदत वा चल मैं तेनू अपनी मां दी तिरना कर लैनी आ की मुंडा पठे ही पाउंदा सी किन्ने क डंगर आ इक ते मझ वा ते निक्की नाल मगर कट्टी ਉਹ ਵੀ ਕਿਤੇ ਪੱਠੇ ਪਾਉਣ ਗਿਆ ਮੁੰਡਾ ਤੇ ਕਿਤੇ ਆਪਣੇ ਭਰਾ ਨੂੰ ਬੱਤੀ ਬੱਤੀ ਗੱਲਾਂ ਕੀਤੀਆਂ ਪ੍ਰੀਤ ਨੇ ਵੀ ਮੇਰਾ ਮੁੰਡਾ ਪੱਠੇ ਪਾਉਂਦਾ ਰਾਜਵੀਰ ਪੱਠੇ ਨਹੀਂ ਪਾਉਂਦਾ ਜੇ ਦੁੱਧ ਪੀਣਾ ਵਾ ਗਲਾਸਾਂ ਦੇ ਗਲਾਸ ਰਾਂ ਨੂੰ ਭਰ ਭਰ ਕੇ ਤੇ ਪੱਠੇ ਨਹੀਂ ਪੈਂਦੇ ਪੱਠੇ ਹੀ ਦੁੱਖਦੇ ਇਹਨਾਂ ਨੂੰ ਅਗਲੀ ਨੇ ਤਾੜ ਤਾੜ ਆਪਣੇ ਭਰਾ ਦੇ ਮੂੰਹ ਤੇ ਕਹਿਤਾ ਵੀ ਜੇ ਮੁੰਡਾ ਪੱਠੇ ਪਾਉਂਦਾ ਵਾ ਤੇ ਕੀ ਗੱਲ ਤੁਸੀਂ ਦੁੱਧ ਨਹੀਂ ਦੇ ਸਕਦੇ ਤੇ ਭਰਾ ਤੇ ਰਾਤ ਦਾ ਹੀ ਤੁੜ ਤੁੜ ਬੁੜ ਬੁੜ ਡਿਆ ਹੀ ਉਹ ਕਰਨਾ ਉਹ ਤੇ ਇਹਨਾਂ ਰਿੱਝੂ ਭੁੱਜੂ ਡਿਆ ਕਰਨ ਤੇ ਮੁੰਡੇ ਨੂੰ ਅੱਜ ਪੱਠੇ ਕਹਿੰਦਾ ਪਾ ਤੂੰ ਆਪ ਹੁਣ ਰਾਜਵੀਰ ਪੱਠੇ ਪਾਊਗਾ ਤੇ ਦੱਸ ਇਹ ਮੁੰਡੇ ਨੂੰ ਹੋਣਾ ਗੱਲਾਂ ਦਊ ਤੇ ਕਦੋਂ ਆਉਣੀ ਆ ਇਹਨੇ ਹੀ ਉਹਦੇ ਬੇੜੀਆਂ 'ਚ ਵੱਟੇ ਪਾਉਣੇ ਹੀ ਹੋ ਨੀ ਹਾਂ ਹਾਏ ਏਦਾਂ ਕੀਤੀ ਤੇ ਨਾਂ ਨੇ ਮੈਂ ਕਿਹਾ ਚੰਗੀ ਬੜੀ ਆ ਨੀ ਭੈਣੇ ਢੋਲ ਤੇ ਦੂਰੋਂ ਦੂਰੋਂ ਵੱਜਦੇ ਚੰਗੇ ਲੱਗਦੇ ਆ ਜਦੋਂ ਲਾ ਕੇ ਆ ਜਾਣ ਤੇ ਕੰਨ ਹੀ ਪਾੜਦੇ ਇਹਦੀ ਤੇ ਉਹ ਗੱਲ ਹੀ ਉਹ ਬਥੇਰਾ ਮੈਂ ਕਰ ਕਰ ਵੇਖ ਲਿਆ ਵਾ ਪਰ ਹੁਣ ਤੇ ਨਾ ਅਰੇ ਰੱਬ ਦਾ ਨਾਂ ਇੱਕ ਮਾਂ ਉਦੋਂ ਚੜ ਕੇ ਆ ਵੀ ਮੇਰੀ ਧੀ ਨੂੰ ਕੋਹਾ ਕੋ ਨਾ ਮੇਰੇ ਦੋਹਤੇ ਨੂੰ ਕੋਹਾ ਕੋ ਨਾ ਮੈਂ ਇਹਨਾਂ ਨੂੰ ਸੰਘਾਸਣ ਦੇ ਬਾਲ ਦੇ ਤਾਂ ਬੈਠਿਆਂ ਨੂੰ ਰੋਟੀਆਂ ਦੇਈ ਜਾਂਦੇ ਆ ਵੀ ਇਹ ਸੁੱਖ ਇੰਨੀ ਮਹਿੰਗਾਈ ਆ ਕੌਣ ਘਰ ਬਾਲ ਕੇ ਖਵਾਲੇ ਜਦੋਂ ਕੰਮ ਦਾ ਟੱਕਾ ਨਹੀਂ ਤੋੜਨਾ ਇਹ ਤੇ ਦਵਿੰਦਰ ਹੈ ਹੀ ਆ ਦੁੱਧ ਇੰਨੀ ਮਹਿੰਗਾਈ ਦੇ ਵਿੱਚ ਤੇ ਮਹਾ ਆਪਣਾ ਹੀ ਸਰਦਾ ਆ ਦੁੱਧ ਇੰਨਾ ਮਹਿੰਗਾ 70 80 ਰੁਪਏ ਕਿਲੋ ਵੀ ਗੱਡਿਆ ਸ਼ਹਿਰਾਂ 'ਚ ਇੱਥੇ ਤੇ ਚੱਲ 50 60 ਦੇਈ ਜਾਂਦੇ ਆ ਤੇ ਜਿੱਥੋਂ ਵੀ ਲਊ ਪਾਣੀ ਵਰਗਾ ਅਗਲੀਆਂ ਨੇ ਦੇਣਾ ਵਾ ਕੋਈ ਪਿਓਰ ਦੁੱਧ ਨਹੀਂ ਦਿੰਦਾ ਨਿਰੀ ਕੱਚੀ ਲੱਸੀ ਦਿੰਦੀਆਂ ਹਾਂ ਦਵਿੰਦਰ ਉਹਦਾ ਤੂੰ ਤਾਨੀ ਆ ਤੇਰੀ ਥਾਂ ਤੇ ਕਿਤੇ ਮੈਂ ਹੁੰਦੀ ਨਾ ਮੈਂ ਤੇ ਕਦੇ ਨਹੀਂ ਹੀ ਇੰਨਾ ਚਿਰ ਰੱਖ ਸਕਦੀ ਇੱਕ ਤੇ ਇੰਨੀ ਮਹਿੰਗਾਈ ਆ ਆਪੋ ਆਪਣੇ ਖਰਚੇ ਮਹਾਂ ਚੁੱਕੇ ਜਾਂਦੇ ਆ ਤੇ ਦੂਜੀਆਂ ਉੱਤੋਂ ਗੱਲਾਂ ਸੁਣੋ ਵਾਧੂ ਦੀਆਂ ਨਹੀਂ ਮੈਂ ਕੀ ਕਰਾਂ ਭੈਣੇ ਮੈਂ ਵੀ ਢਿੱਡ 'ਚ ਪਾ ਕੇ ਤੁਰੀ ਫਿਰਦੀ ਹਾਂ ਜੇ ਲੋਕਾਂ ਨੂੰ ਸੁਣਾਵਾਂ ਤਾਂ ਲੋਕਾਂ ਗੱਲਾਂ ਕਰਨੀਆਂ ਵੀ ਭਰਜਾਈ ਦੀ ਜ਼ਬਾਨ ਨਹੀਂ ਹੈਗੀ ਉਹਨੇ ਨਾ ਨਾਂ ਨੂੰ ਟਿਕਣ ਦਿੰਦੀ ਮੈਂ ਤੇ ਬਸ ਟਾਈਮ ਪਾਸ ਹੀ ਗਈ ਉਹ ਕਰਨ ਤੇ ਅਗਲੀ ਦੀ ਲੱਤ ਫੇਰ ਉੱਤੇ ਦੀ ਉੱਤੇ ਹੀ ਇਸੇ ਕਰਕੇ ਤੈਨੂੰ ਮੈਂ ਪਹਿਲਾਂ ਕਿਹਾ ਸੀ ਉਦੋਂ ਸਮਝੀ ਹੁੰਦੀ ਤਾਂ ਇੱਥੋਂ ਤੱਕ ਨੌਬਤੀ ਨਹੀਂ ਆਉਣੀ दरवाजे खुले आ फिर आवांगी नहीं प्रीत वेख जदों मैं तैनू कहता ही भी दुध हड़को लवा ला तू मुल ही लैना वा जिहड़ा अहीं डेयरी च पाउने आ भी चल डंगरां दी खल पीट आई जाऊगी ओह अहीं तैनू देई जांदे आ तू तू चुक दुध उहनू फिर उहदे कोल लवा लिया उहनू जवाब भी नहीं दित्ता भी मैं दुध हटा लैना वा पर भाभी जी उहदे नहीं कह के आई ही ते ओही देण आए हो हुण मना नहीं ना कीता मुड़ के कोई गल नहीं मैं कह आऊंगी भाभी जी ने दुध लै के आए घर चल के देण आए आ हुण ना थोड़ी कीती जांदी आ ਅਜਲੀ ਆਈ ਨਾ ਮਿਣੀ ਜੀ ਪਤਾ ਕਿੰਨੀਆਂ ਗੱਲਾਂ ਕਰਕੇ ਗਈ ਆ ਤੂੰ ਜਾਣਦੀ ਨਹੀਂ ਆ ਜੇਨੂੰ ਇਹਨੇ ਘਰ ਘਰ ਜਾ ਕੇ ਗੱਲਾਂ ਕਰਨੀਆਂ ਵੀ ਦੁੱਧ ਤੋਂ ਉਹਨਾਂ ਜਵਾਬ ਦਿੱਤਾ ਤੇ ਦੁੱਧ ਮੈਂ ਮੇਰੇ ਕੋਲ ਲਵਾਇਆ ਵਾ ਇਹ ਜਿੰਨੀ ਉੱਤੇ ਆ ਨਾ ਉਨੀ ਧਰਤੀ ਦੇ ਥੱਲੇ ਆ ਨਹੀਂ ਭਾਬੀ ਜੀ ਇਦਾਂ ਦਾ ਸੁਭਾਅ ਨਹੀਂ ਇਹਨਾਂ ਦਾ ਤੂੰ ਸੁਭਾਅ ਜ਼ਿਆਦਾ ਜਾਣਦੀ ਆ
ਮੇਰਾ 18 ਸਾਲ ਹੋ ਗਏ ਤੇ ਕੱਟ ਦੀ ਮੈਂ ਜਾਣਦੀ ਆ ਕਿਦਾਂ ਦਾ ਸੁਭਾਅ ਦਾ ਘਰ ਘਰ ਗੱਲ ਨਾ ਕਰੂ ਤੇ ਆਖੀ ਲੋਕੀ ਬਹਾਨੇ ਨਾ ਪਤਾ ਲੈਣ ਆਉਣਗੀਆਂ ਤੇ ਤੈਨੂੰ ਨਹੀਂ ਪਤਾ ਇਹ ਮੈਂ ਹੀ ਠੋਕ ਕੇ ਰੱਖੀ ਆ ਜਦੋਂ ਮੈਂ ਆਈ ਹਾਂ ਨਵੀਂ ਨਵੀਂ ਮੇਰੇ ਨੇ ਕਿੱਥੇ ਪੈਰ ਲੱਗਣ ਦੇਣੇ ਸੀ ਇਹਦੇ ਦਵਿੰਦਰ ਹੀ ਆ ਜਿਹੜੀ ਇਹਦੇ ਵਿੱਚ ਝਲ ਗਈ ਆ ਨਹੀਂ ਤੇ ਇਹਨੇ ਲਾਗੇ ਸਾਗੇ ਦੀਆਂ ਕਈ ਭਜਾਈਆਂ ਇੱਥੋਂ ਘਰ 'ਚ ਲੜਾਈਆਂ ਪਾ ਪਾ ਕੇ ਚਲੋ ਕੋਈ ਗੱਲ ਨਹੀਂ ਭਾਬੀ ਜੀ ਸਾਡੇ 'ਚ ਕੋਈ ਨਹੀਂ ਲੜਾਈ ਪਾ ਸਕਦਾ ਤੁਸੀਂ ਮੇਰੇ ਨਾਲ ਚੰਗੇ ਰਿਹਾ ਕਰੋ ਹੋਰ ਮੈਨੂੰ ਕਿਸੇ ਦੀ ਪਰਵਾਹ ਨਹੀਂ ਰਹੀ ਗੱਲ ਲੜਾਈ ਪਾਉਣ ਦੀ ਸਾਡਾ ਕਿਹੜਾ ਦਿਮਾਗ ਖਰਾਬ ਹੈ ਕਿਸੇ ਦੇ ਪਿੱਛੇ ਲੱਗ ਜਾਵਾਂਗੇ ਬਾਕੀ ਆਪੋ ਆਪਣਾ ਸੁਭਾਅ ਹੁੰਦਾ ਹਰ ਬੰਦੇ ਦਾ ਤੇ ਤੈਨੂੰ ਮੈਂ ਅੱਗੇ ਵੀ ਇੱਕ ਗੱਲ ਆਖੀ ਆ ਤੇ ਮੈਂ ਅੱਜ ਵੀ ਆਨੀ ਆ ਦੁੱਧ ਲਵਾਉਣਾ ਹੋਰ ਜਿੱਥੋਂ ਮਰਜ਼ੀ ਲਵਾ ਲਾ ਜਾ ਲਵਾ ਲਾ ਮੇਰੇ ਕੋਲ ਪਰ ਇਹਦੇ ਘਰੋਂ ਦੁੱਧ ਨਹੀਂ ਲਿਆਉਣਾ ਅੱਜ ਦਾ ਦੁੱਧ ਆ ਗਿਆ ਨਾ ਇਹਦੋਂ ਘਰ ਦੁੱਧ ਨਹੀਂ ਦੇਣ ਆਉਣੀ ਚਾਹੀਦੀ ਮੇਰੇ ਘਰ ਨਹੀਂ ਮੈਂ ਕਹਾਂਗੀ ਉਹਨਾਂ ਨੂੰ ਤੇ ਬਾਕੀ ਤੁਸੀਂ ਕੋਈ ਗੱਲ ਨਹੀਂ ਮੈਨੂੰ ਦੇ ਦਿਆ ਕਰੋ ਕਿਲੋ ਦੁੱਧ ਉਹਨੇ ਦੇ ਮੈਂ ਪੈਸੇ ਦੇ ਦਿਆ ਤੂੰ ਲੱਲਿਆ ਕਰ ਦੁੱਧ ਜਿਹੜਾ ਮੈਂ ਉੱਥੇ ਦੇਣਾ ਮੱਝ ਦਾ ਖਰਚਾ ਵਰਚਾ ਨਿਕਲ ਜਾਂਦਾ ਵਾ ਹਾਂਜੀ ਕੀ ਗੱਲ ਹੈ ਜਵਿੰਦਰ ਸਿਰ ਘੁੱਟਣ ਡਈ ਆ ਅਸਾ ਕੀ ਸਿਰ ਘੁੱਟਣਾ ਵਾ ਆ ਸੁੱਖ ਆਈ ਹੀ ਕਿਤੇ ਇਹਨਾਂ ਬਗੜਵਾ ਕਰਦੀ ਇੰਨੀਆਂ ਗੱਲਾਂ ਕਰਦੀ ਤੈਨੂੰ ਤੇ ਮੇਰੇ ਸੁਭਾਅ ਦਾ ਪਤਾ ਹੀ ਆ ਮੈਂ ਕਿੱਥੇ ਦੰਦਾਂ ਥੱਲੇ ਜੀਭ ਚੁੱਕਦੀ ਆ ਤੇ ਪਾਰੋ ਕਿਤੇ ਇੰਨੀਆਂ ਗੱਲਾਂ ਕਰਦੀ ਧਰਮਣਾ ਮੇਰਾ ਸਿਰ ਹੀ ਦੁਖਣ ਲੱਗਦਾ ਇੰਨਾ ਸਿਰ ਦਰਦ ਕਰਨ ਡਿਆ ਵਾ ਵੀ ਬਹੁਤ ਜ਼ਿਆਦਾ ਮੈਂ ਵੇਖੀ ਜਾਂਦੀ ਆਈ ਕਿੱਧਰ ਹੀ ਉਹ ਸੁੱਖ ਉਹ ਤੇਰਾ ਤੇਰੀ ਭੈਣ ਨਵਾਂ ਦਾਜਾ ਪਿੰਡ 'ਚ ਕੱਢਣ ਲੱਗੀ ਆ ਕੀ ਦੁੱਧ ਲਵਾਇਆ ਉਸਕੋ ਉਹ ਦੁੱਧ ਦੇਣ ਆਈ ਹੀ ਅਗਲੀ ਦੁੱਧ ਲੈਣ ਗਈ ਨਹੀਂ ਆ ਉਹ ਘਰ ਚੱਲ ਕੇ ਦੁੱਧ ਦੇਣ ਆਈ ਆ ਪਤਾ ਕਿਉਂ ਵੀ ਮੈਂ ਨਾਲੇ ਖੱਟੀਆਂ ਮਿੱਠੀਆਂ ਸੁਣ ਕੇ ਆਉਂ ਤੇ ਨਾਲੇ ਚਾਹ ਕਰਕੇ ਆਉਂਗੀ ਹੁਣ ਆ ਕੁ ਹੋਇਆ ਕਰਨਾ ਵਾ ਹੁਣ ਦੁੱਧ ਤੇ ਲਵਾ ਲੈ ਨਾ ਉਧਰੋਂ ਉਹਨੇ ਤੁਰੀ ਰਿਆ ਕਰਨਾ ਦਵਿੰਦਰ ਤੈਨੂੰ ਮੈਂ ਤਾਂ ਹੀ ਕਹਿ ਨਾ ਵੀ ਉਹਨੂੰ ਘਰੋਂ ਦੁੱਧ ਦੇ ਦਿਆ ਕਰ ਕਿਲੋ ਤੇ ਪੈਸੇ ਲੈ ਲਿਆ ਕਰ ਬਾਹਰ ਵੀ ਪੈਸੇ ਦੇਣੇ ਹੀ ਉਹਨੇ ਮੈਂ ਤੇ ਪ੍ਰੀਤ ਮਾਂ ਜੀ ਸਿੱਧਾ ਸਿੱਧਾ ਕਹਿਤਾ ਵੀ ਦੁੱਧ ਲੈਣਾ ਵਾ ਤੇ ਮੇਰੇ ਕੋਲ ਲਵਾ ਲਾ ਮੁੱਲ ਨਹੀਂ ਤੇ ਹੋਰ ਕਿਤੋਂ ਲਵਾ ਲਾ ਪਰ ਇਹਦੇ ਘਰੋਂ ਦੁੱਧ ਨਹੀਂ ਆਉਣਾ ਚਾਹੀਦਾ ਇਹਨੇ ਤੇ ਕਿਹੜੇ ਤੇ ਗੇੜਾ ਰੱਖਣਾ ਪੂਰਾ ਤੇ ਨਾਲੇ ਘਰ ਦੇ ਖੇਲਣਗੇ ਭੇਤ ਵੀ ਕੀ ਚੱਲਦਾ ਕੀ ਨਹੀਂ ਸੱਤਿਆਂ ਘਰ ਅੱਜ ਜਾ ਕੇ ਉਹਨੇ ਗੱਲਾਂ ਕਰਨੀਆਂ ਅਜੇ ਤੇ ਅੱਡ ਵਾਰੀ ਦਾ ਨਹੀਂ ਪਤਾ ਵੀ ਅੱਡ ਹੋਈ ਆ ਤੇ ਨਾਲੇ ਰਾਜਵੀਰ ਨੂੰ ਕਹਿ ਦੀ ਮੁੰਡੇ ਨੂੰ ਨਾ ਝਟਕਿਆ ਕਰੇ ਉਹ ਦਬਕੇ ਮਾਰਦਾ ਸੀ ਮਾਲਕ ਕਰ ਗੰਢੀ ਮੇਰੇ ਕੋ ਵੀ ਰਾਜਵੀਰ ਨੂੰ ਇਦਾਂ ਕਹਿੰਦੇ ਆ ਤੇ ਸੁਣ ਮੇਰੀ ਗੱਲ ਮੁਫਤ ਦਾ ਕਾਮਾ ਮਿਲਿਆ ਸਾਨੂੰ ਪੱਠੇ ਪਾਉਂਦਾ ਗਰਮੀ 'ਚ ਆਪਣਾ ਮੁੰਡਾ ਬਚਿਆ ਰਹਿੰਦਾ ਹੋਰ ਸਾਨੂੰ ਕੀ ਚਾਹੀਦਾ ਰਾਜਵੀਰ ਨੇ ਛੇਤੀ ਕੱਪੜੇ ਤੋਂ ਬਾਹਰ ਹੋ ਜਾਂਦਾ ਵਾ ਕੋਈ ਨੀ ਮੈਂ ਸਮਝਾ ਦੂੰਗੀ ਉਹਨੂੰ ਸਮਝਾਈ ਤੂੰ ਧਿਆਨ ਨਾਲ ਠੀਕ ਆ ਹਾਂ